ਵਾਸਤਾ ਹੀ ਤੁਹਾਡਾ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੇ ਮੇਨ ਬਾਜ਼ਾਰ ਤੋਂ ਜਿੱਥੇ ਸ਼ਹੀਦੀ ਦਿਹਾੜੇ ਚੱਲ ਰਹੇ ਹੈਗੇ ਆ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹਰ ਥਾਂ 'ਤੇ ਲੰਗਰ ਲਗਾਏ ਜਾ ਰਹੇ ਆ ਉਸੇ ਕੜੀ ਦੇ ਤਹਿਤ ਮੋਗਾ ਦੇ ਗੋਬਿੰਦ ਨਗਰ ਪੱਟੀ ਵਾਲੀ ਗਲੀ ਦੇ ਨੌਜਵਾਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਔਰ ਨੌਜਵਾਨ ਵੱਧ ਚੜ੍ਹ ਕੇ ਸੇਵਾ ਕਰ ਰਹੇ ਆ ਸਾਡੇ ਨਾਲ ਗੋਬਿੰਦ ਨਗਰ ਤੋਂ ਪੱਟੀ ਵਾਲੀ ਗਲੀ ਤੋਂ ਸੁਰਿੰਦਰ ਬਿੱਟੂ ਜੀ ਮੌਜੂਦ ਹੈ ਬਿੱਟੂ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਚਾਹ ਦਾ ਅਤੇ ਰਸਾਂ ਦਾ ਬਿਸਕੁਟਾਂ ਦਾ ਲੰਗਰ ਲਾਇਆ ਜੀ ਵੀਰ ਜੀ ਇਹ ਆਪਣੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਇਹ ਬੱਚਿਆਂ ਨੇ ਉਪਰਾਲਾ ਕੀਤਾ ਕਿ ਅਸੀਂ ਇਹ ਲੰਗਰ ਲਗਾਉਣਾ ਚਾਹਦਾ ਹੈ ਇਹਨਾਂ ਨੇ ਲੰਗਰ ਲਗਾਇਆ ਹੈ ਜਿਸ ਦੇ ਨਾਲ ਬਿਸਕੁਟ ਦੇ ਰਸ ਵੀ ਦਿੱਤੇ ਜਾ ਰਹੇ ਹਨ ਔਰ ਲੋਕ ਸੁਬਹਾ ਠੰਡ ਕਾਰਨ ਇਸ ਦਾ ਪੂਰਾ ਆਨੰਦ ਲੈ ਰਹੇ ਹਨ ਇਹ ਸਾਰੇ ਮੁਹੱਲੇ ਦੇ ਹੀ ਬੱਚੇ ਇਕੱਠੇ ਹੈ ਔਰ ਇਹਨਾਂ ਨੇ ਰਾਤ ਹੀ ਉਪਰਾਲਾ ਕੀਤਾ ਵੀ ਅਸੀਂ ਵੀ ਸਵੇਰੇ ਚਾਹ ਦਾ ਲੰਗਰ ਲਗਾਉਣਾ ਔਰ ਇਹ ਇਹਨਾਂ ਦੀ ਬਹੁਤ ਵੱਡੀ ਇੱਕ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਤਰਨਜੋਤ ਸਿੰਘ ਤਰਨਜੋਤ ਜੀ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ ਮੈਂ ਪਲੱਸ ਟੂ ਜੀ ਪਲੱਸ ਟੂ 'ਚ ਪੜ੍ਹ ਰਹੇ ਹੋ ਔਰ ਸੇਵਾ ਦਾ ਜਿਹੜਾ ਹੈਗਾ ਜਜ਼ਬਾ ਹੈ ਤੁਹਾਡੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਆ ਅੱਜ ਜੋ ਲੰਗਰ ਲਗਾਇਆ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਲੰਗਰ ਸਾਰੇ ਨੌਜਵਾਨਾਂ ਨੇ ਮਿਲ ਕੇ ਬੱਚਿਆਂ ਨੇ ਮਿਲ ਕੇ ਸ਼ਹੀਦਾਂ ਦੀ ਯਾਦ ਨੂੰ ਨਿੱਘੀ ਕਰਦੇ ਹੋਏ ਲਗਾਇਆ ਹੈ ਜਿਸ ਵਿੱਚ ਚਾਹ ਅਤੇ ਰਸ ਅਤੇ ਬਿਸਕੁਟ ਵਰਤਾਏ ਜਾ ਰਹੇ ਹਨ ਸਾਰਿਆਂ ਵਿੱਚ ਬਹੁਤ ਸਾਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਨਵੀਰ ਸਿੰਘ ਆ ਜੀ ਇਹ ਸ਼ਹੀਦਾਂ ਦੀ ਯਾਦ ਨੂੰ ਨਿੱਘੀ ਕਰਨ ਦੇ ਸਮਰਪਿਤ ਹੈ ਜੀ ਹਾਂਜੀ ਹਾਂਜੀ ਸਾਰੇ ਅੱਗੇ ਵੱਧ ਕੇ ਸੇਵਾ ਕਰੋ ਜੀ ਇਹ ਸੇਵਾ ਕਰਨ ਨਾਲ ਬਹੁਤ ਵਧੀਆ ਲੱਗਦਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਅਤੇ ਵੱਡੇ ਸਾਹਿਬਜ਼ਾਦੇ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਪੱਟੀ ਵਾਲੀ ਗਲੀ ਵੱਲੋਂ ਨੌਜਵਾਨ ਸਭਾ ਵੱਲੋਂ ਚਾਹ ਦਾ ਅਤੇ ਬਿਸਕੁਟਾਂ ਰਸ ਦਾ ਲੰਗਰ ਲਗਾਇਆ ਗਿਆ ਹੈ ਸੋ ਨੌਜਵਾਨ ਬੜਾ ਹੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਬਸ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਿੰਨੇ ਵਜੇ ਸ਼ੁਰੂ ਕੀਤਾ ਸੀ ਜੀ ਇਹ 8 ਵਜੇ ਸ਼ੁਰੂ ਕੀਤਾ ਸੀਗਾ ਲੰਗਰ ਕਿੰਨੇ ਵਜੇ ਤੱਕ ਲਗਭਗ ਚੱਲੇਗਾ ਬਸ ਜੋ ਤੱਕ ਪਰਮਾਤਮਾ ਚਾਹੁਣਗੇ ਚੱਲੀ ਜਾਊਗਾ ਲੰਗਰ ਹਾਂਜੀ ਹਾਂਜੀ ਬਸ ਪਰਮਾਤਮਾ ਸੁੱਖ ਰੱਖੇ ਆਉਣ ਵਾਲੇ ਦਿਨਾਂ ਵਿੱਚ ਵੀ ਚਾਹ ਦਾ ਲੰਗਰ ਲਗਾਇਆ ਜਾ ਰਹੇਗਾ ਜਾਂ ਇਸ ਤੋਂ ਵੱਧ ਵੀ ਕੀਤਾ ਜਾਊਗਾ ਸਤਨਾਮ ਸਿੰਘ ਬੀਏ ਜੀ ਸਰ ਜੋ ਅੱਜ ਇਹ ਲੰਗਰ ਲਗਾਇਆ ਗਿਆ ਚਾਹ ਦਾ ਔਰ ਬਿਸਕੁਟਾਂ ਦਾ ਰਸਤਾ ਕੀ ਕਹਿਣਾ ਚਾਹੂੰਗਾ ਮੈਂ ਕਹਿਣਾ ਚਾਹੁੰਦਾ ਜਿਹੜੇ ਇਹ ਜਿਹੜੀ ਸੰਸਥਾ ਹੈਗੀ ਆ ਪੱਟੀ ਦੀ ਗਲੀ ਜਿਹੜੇ ਜਵਾਨ ਮੁੰਡੇ ਅਤੇ ਬੁੜੇ ਸਾਰੇ ਰਲ ਕੇ ਇਹ ਜਿਹੜੇ ਲੰਗਰ ਇਸ ਕਰਕੇ ਲਾਇਆ ਗਿਆ ਜੋ ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਾਦਤ ਦਿੱਤੀ ਉਹਨਾਂ ਦੇ ਮੁਤਲਕ ਇਹਨਾਂ ਨੇ ਲੰਗਰ ਲਾਇਆ ਬਹੁਤ ਵਧੀਆ ਗੱਲ ਕੀਤੀ ਹੈ ਉਹਨਾਂ ਨੂੰ ਯਾਦ ਕੀਤਾ ਹੈ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂਗਾ ਵੱਧ ਤੋਂ ਵੱਧ ਸਿੱਖ ਕੌਮ ਦੀ ਸੇਵਾ ਕਰਨ ਅਤੇ ਪਾਠ ਕਰਨ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਉਹਨਾਂ ਨੂੰ ਯਾਦ ਰੱਖਣ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਲਈ ਵਰਿਆ ਦੇਸ਼ ਲਈ ਵਰਿਆ ਪਰ ਆਪਣਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਦੀ ਸ਼ਹੀਦੀ ਦੇ ਨਮਨ ਹੋਈਏ ਇਹਦੇ ਨਾਲ ਨਿੱਜੀ ਫਰਜ਼ ਬਣਦਾ ਸਾਰਿਆਂ ਦਾ ਆਪਾਂ ਨਾ ਸ਼ੁਕਰੇ ਨਾ ਬਣੀਏ ਉਹਨਾਂ ਨੂੰ ਅਪੀਲ ਇਹੀ ਕੀਤੀ ਜਾਵੇ ਟੈਲੀਵਿਜ਼ਨ ਰਾਹੀਂ ਅਤੇ ਹੋਰ ਮਾਧਿਅਮ ਰਾਹੀਂ ਉਹਨਾਂ ਦੇ ਸੰਤਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਐਡੀ ਸ਼ਹਾਦਤ ਹੈ ਜਿਹਦੀ ਮਿਸਾਲ ਨਹੀਂ ਮਿਲ ਸਕਦੀ ਕਦੇ ਵੀ ਦੁਨੀਆਂ 'ਚ ਠੀਕ ਹੈ ਜੀ ਬਹੁਤ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ